हाँ जी, सत श्री अकाल जी सारिआं नूं। हुण असीं पहुँच चुके हाँ जी जयपुर, जिहनूं पिंक सिटी भी कहा जाता है। हुण असीं इहदे जयपुर के पिंक सिटी एरिया दे विच इस टाइम दाखिल होए हैं जी। असीं जा रहे हैं एम्बर पैलेस जा रहे हैं जी, क्योंकि उहदी 6 बजे आई थिंक क्लोजिंग हो जाती है, उहदी बंद कर दिते जाते उहदे गेट। सो असीं सोचा कि असीं क्यों ना असीं उत्थे हुणे विजिट कर लईए। सो असीं चाह पानी पी के निकल चुके हैं होटल तो, हुण असीं जा रहे हैं जी अमर पैलेस वाल। ये पिंक सिटी एरिया जी जयपुर का, जो कि बहुत ही फेमस है। दोनों साइड के शॉप्स ने, हैरीटेज बिल्डिंग्स ने, ये दोनों साइड से काफ़ी वधिया एरिया है जी। बट ये है जी कि इतने रश बहुत है जयपुर सिटी के। अच्छ सगो संडे आ, संडे होने के बावजूद भी अच्छ इतने रश बहुत है, ट्रैफिक बहुत ज़्यादा है। चलो टूरिस्ट सिटी है, ट्रैफिक तो चलो होनी है, बट बहुत ज़्यादा ट्रैफिक है। लो जी, ये आ किले के उपरों तुहानू दृश्य दिखाई दे रहा सारी सिटी का, जयपुर सिटी का। इत्थे बहुत ज़्यादा एक हिस्टोरिकल कंस्ट्रक्शन बहुत ज़्यादा आ इत्थे राजे। लो जी, असी पता किया हमने कि ड्रोन उड़ाने की भी परमिशन मिल जाती है। देखो हुण मतलब कि पैसे पूसे देने पैंदे कि उदे मिल जाती है, बट मिल जाती है ड्रोन उड़ाने की परमिशन। लो जी, असी किले दे विच उपर पहुँच चुके हैं और ये है जी इत्थे दे राजे दा दीवाने आम, जिथे उहदी सभा लगती हुंदी सी। ते नाल दी नाल ही तुहानू एक इनफॉर्मेशन होर देना चाहवांगे कि इत्थे कैमरा अलाउड नहीं है, कैमरा भी अलाउड नहीं है और ड्रोन भी अलाउड नहीं है, सिर्फ ते सिर्फ मोबाइल अलाउड है। और अगर तुसी जिद्दां हुण आ शूटिंग चल रही है, अगर कैमरा तुसी यूज़ करना तो यदि बकायदा परमिशन लेनी पैंदी है और पैसे जमा करा के यदि बकायदा परमिशन लेनी पैंदी है, और आफ्टर परमिशन तुसी कैमरा यूज़ कर सकते हो।
ਆ ਜੀ ਹੁਣ ਉੱਪਰਲੇ ਏਰੀਏ ਦਾ ਐਂਟਰੈਂਸ ਹੈ ਜੀ ਉੱਪਰਲੇ ਏਰੀਏ ਦੀ ਜਿੱਥੇ ਦੀਵਾਨੇ ਖਾਸ ਹੈ ਔਰ ਸ਼ੀਸ਼ ਮਹਿਲ ਹੈ ਜਿੱਥੇ ਸੋ ਤੁਹਾਨੂੰ ਲੈ ਕੇ ਜਾ ਰਹੇ ਹਾਂ ਦੇਖਦੇ ਹਾਂ ਉੱਪਰ ਜਾ ਕੇ ਕੀ ਕੁਛ ਦੇਖਣ ਯੋਗ ਹੈ ਜੀ ਸ਼ੀਸ਼ ਮਹਿਲ ਇਹਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਹੈ ਕਿਉਂਕਿ ਇਹਨੂੰ ਬਣਾਉਣ ਵਿੱਚ ਕਾਫੀ ਜ਼ਿਆਦਾ ਸ਼ੀਸ਼ੇ ਦਾ ਇਸਤੇਮਾਲ ਹੋਇਆ ਹੈ ਸੋ ਜੀ ਅਸੀਂ ਇੱਕ ਤੰਗ ਜਿਹੀ ਗੁਫਾ ਜੀ ਦੇ ਵਿੱਚ ਦੀ ਹੁੰਦੇ ਹੋਏ ਬਾਹਰ ਆ ਗਏ ਹਾਂ ਜੀ ਐਗਜ਼ਿਟ ਕਰ ਲਿਆ ਅਸੀਂ ਮਹਿਲ ਤੋਂ ਸਹੀ ਗੱਲ ਦੱਸਾਂ ਤਾਂ ਜੀ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਇਆ ਵੀ ਕਿੱਧਰੋਂ ਐਗਜ਼ਿਟ ਸੀ ਅਤੇ ਕਿੱਧਰੋਂ ਐਂਟਰੀ ਸੀ ਵੱਡਾ ਹੀ ਬਹੁਤ ਆ ਮਹਿਲ ਬਾਕੀ ਜਿੰਨਾ ਕੁ ਅਸੀਂ ਦੇਖਿਆ ਉਨਾ ਕੁ ਤੁਹਾਨੂੰ ਨਾਲ ਦਿਖਾ ਰਹੇ ਹਾਂ ਕਿਉਂਕਿ ਹਜੇ ਇਸ ਤੋਂ ਬਾਅਦ ਜਾ ਕੇ ਹਜੇ 2 ਕਿਲੇ ਹੋਰ ਪਏ ਆ ਹਵਾ ਮਹਿਲ ਪਿਆ ਆ ਔਰ ਸਮਾਂ ਸਾਡੇ ਕੋਲ ਬਹੁਤ ਘੱਟ ਹੈ ਇਸ ਕਰਕੇ ਕੋਸ਼ਿਸ਼ ਹੈ ਕਿ ਜਲਦੀ ਜਲਦੀ ਤੁਹਾਨੂੰ ਸਾਰਾ ਕੁਛ ਜਿੰਨੀ ਜਲਦੀ ਦਿਖਾ ਸਕਦੇ ਹਾਂ ਦਿਖਾ ਦਈਏ ਲਓ ਜੀ ਸਾਡੇ ਬਿਹਾਈਂਡ ਦੀ ਕੈਮਰਾ ਆਲਵੇਸ ਰਹਿਣ ਵਾਲੇ ਜਸਪ੍ਰੀਤ ਸਿੰਘ ਗਿੱਲ ਜੀ ਤੁਹਾਨੂੰ ਇਹਨਾਂ ਨਾਲ ਮਿਲਾ ਰਹੇ ਹਾਂ ਇਹ ਪਤਾ ਨਹੀਂ ਕਾਹਤੋਂ ਸੰਗਦੇ ਆ ਕੈਮਰਾ ਸ਼ਾਹੀ ਬੰਦਾ ਇਹ
ਇੱਕ ਘੰਟਾ ਲੱਤਾਂ ਤੜਵਾ ਕੇ ਘੁੰਮ ਫਿਰ ਕੇ ਅਸੀਂ ਵਾਪਸ ਆਪਣੀ ਗੱਡੀ ਵੱਲ ਨੂੰ ਵੱਧਦੇ ਹੋਏ ਹੁਣ ਤਾਂ ਬਸ ਇਹ ਆ ਕਿ ਗੱਡੀ ਤੱਕ ਕਿਸੇ ਤਰ੍ਹਾਂ ਔਖੇ ਸੌਖੇ ਪਹੁੰਚ ਜਾਈਏ। ਸਾਰਾ ਜਿਹੜਾ ਇੰਨੇ ਮਹੀਨਿਆਂ ਦਾ ਜਿੰਮ ਜੁੰਮ ਲਾਇਆ ਅੱਜ ਇੱਕ ਦਿਨ 'ਚ ਨਿਕਲ ਗਿਆ। ਦੇਖੋ ਜੀ ਚੀਜ਼ ਤਾਂ ਸੀ ਬਹੁਤ ਸੋਹਣੀ ਪਰ ਬੰਦੇ ਕੋਲ ਸਟੈਮਿਨਾ ਚਾਹੀਦਾ ਇੰਨਾ ਤੁਰਨ ਲਈ ਪੌੜੀਆਂ ਚੜ੍ਹਨ ਲਈ। ਲਓ ਜੀ ਧੱਕੇ ਧੁੱਕੇ ਖਾ ਕੇ ਪਹੁੰਚ ਚੁੱਕੇ ਹਾਂ ਗੱਡੀ 'ਚ, ਹੁਣ ਰਸਤਾ ਲੱਭਣਾ ਹੈ ਵਾਪਸੀ ਦਾ। ਆਹ ਦੇਖੋ ਵੱਡੇ ਸੂਰਮੇ ਜਿੰਮ ਜਾਣ ਵਾਲੇ, ਸਾਡੀਆਂ ਤਾਂ ਚਲੋ ਉਮਰਾਂ ਹੋ ਗਈਆਂ ਆ, ਅੱਜ ਆਹ ਜਵਾਨੀ ਪੰਜਾਬ ਦੀ ਜਿਨ੍ਹਾਂ ਦੀਆਂ ਦੋ ਚਾਰ ਪੌੜੀਆਂ ਚੜ੍ਹ ਕੇ ਬੱਸ ਹੋ ਗਈ ਆ। ਚਲੋ ਕੋਈ ਨਹੀਂ ਲਾ ਦਿਓ ਹੁਣ, ਫਿਰ ਦੇਖੋ ਇਹਨਾਂ ਨੂੰ ਗਰਮੀ ਵੀ ਲੱਗਦੀ ਆ, ਕਹਿੰਦਾ ਏਸੀ ਲਾ ਦਿਓ ਛੇਤੀ ਛੇਤੀ। ਚਲੋ ਜੀ ਹੁਣ ਸੈਕਿੰਡ ਸਾਡੀ ਸਟੇ ਜਿਹੜੀ ਆ ਜਾਂ ਕਹਿ ਲਓ ਡੈਸਟੀਨੇਸ਼ਨ ਹੈ ਜਿਹੜੀ ਸਾਡੀ ਸੈਕਿੰਡ, ਹੁਣ ਹਵਾ ਮਹਿਲ। ਚਲੋ ਚਲੀਏ ਉੱਥੇ, ਹੁਣ ਟਾਈਮ ਨਹੀਂ ਵੇਸਟ ਕਰਨਾ। ਹੁਣ